प्यार भरी सत श्री अकाल आदाब, मैं हाँ थोड़ा अपना होस्ट शाहिद शब्बीर बाबा जी, और तुसी देख रहे हो रेडियो साडे वाला एंड वैब टीवी साडे वाला ऑकलैंड न्यूजीलैंड। तो तुसी ये प्रोग्राम देख रहे हो और आप अज पहुँचे हुए हैं 10 साल तक इंडियन सरकार नू जिहड़ा पीएम मिलिया कांग्रेस वालों सरदार डॉक्टर मनमोहन सिंह, उन्हां दीयां यादां नू ताज़ियां करन वास्ते उन्हां दे पिंड विच ही उन्हां दे गवांढ दे विच ही बने हुए जिहड़े पुराने पुरातन घर सन, जिहड़े एंशियंट घर सन, जिहड़े साडे कल्चर दा एक हिस्सा सी, साडे प्यार दा एक हिस्सा सी, अनवंडे माँ दे जिहड़े विड़े सन, उस थां ते पहुंचे हां। 5 साल पहले मैं इसे घर विच मौजूद सी, ऐसे घर विच मैं आया सी और मैं तुहानू इस घर दी वीडियो दिखाई सी कि एक कल्चरली अगर पंजाबी घर जिहनू कहा जाए कि एक पंजाबी जिमीदार दा जिहड़ा घर है वो घर मैनू दिसिया सी, जिहदे विच माँ दा चरखा भी दिसदा सी, जिहदे विच माँ दी चक्की भी दिसदी सी, ते माँ दे हत्थ दी लाई हुई तंदूरी भी दिसदी सी, और उस तो बाद चक्की दे बोर्ड, पंगूड़ा, वो बूहा, वो लिपियां हुई कंधां, वो सारा कुछ मैनू दिसदा सी जिहड़ा कि शायद पंजाब दे विच बाकी घट ही नज़र आंदा होए। चक्की दे बोर्ड दी गल कीती, ਇਹ ਰਹਿ ਗਿਆ ਚੱਕੀ ਦਾ ਬੋਰਡ, ਇਹ ਚੱਕੀ ਚੱਲਦੀ ਸੀ, ਇੱਕ ਚੱਕੀ ਦਾ ਪੰਨਾ ਜਿਹੜਾ ਭੱਜਾ ਹੋਇਆ ਬਾਕੀ ਰਹਿ ਗਿਆ। ਆਓ ਚੱਲਦੇ ਹਾਂ ਅੱਗੇ ਦਿਖਾਉਂਦੇ ਹਾਂ ਤੁਹਾਨੂੰ, ਤੁਸੀਂ ਦੇਖੋ ਆਲੀਸ਼ਾਨ ਪੰਜਾਬ ਦਾ ਕਲਚਰ, ਜਿਹਨੂੰ ਗੋਰੇ ਨੇ ਕਿਹਾ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ, ਇਹ 47 ਤੋਂ ਪਹਿਲੇ ਦਾ ਸਾਡਾ ਸਾਰਾ ਕੁਛ ਹੈ। ਮੰਨਿਆ ਅਸੀਂ ਘੱਟ ਐਜੂਕੇਟਿਡ ਸੀ, ਮੰਨਿਆ ਅਸੀਂ ਘੱਟ ਪੜ੍ਹੇ ਲਿਖੇ ਸੀ ਉਸ ਟਾਈਮ, ਮੰਨਿਆ ਕਿ ਸਾਡੇ ਉੱਤੇ 100 ਸਾਲ ਤੋਂ ਉੱਤੇ ਵੱਧ ਗੋਰਾ ਬੈਠਾ ਰਿਹਾ ਸੀ, ਜਿਹਦੇ ਕਰਕੇ ਪੰਜਾਬ ਸੋਨੇ ਦੀ ਚਿੜੀ ਜਿਹੜੀ ਸੀ ਉਹ ਗਰੀਬ ਹੋ ਗਈ ਸੀ। ਪੰਜਾਬੀਆਂ ਨੂੰ ਆਪਸ 'ਚ ਲੜਾ ਕੇ, ਆਪਸ ਦੇ ਵਿੱਚ ਪੜ੍ਹਾ ਕੇ, ਇੱਕ ਦੂਜਿਆਂ ਦੇ ਖਿਲਾਫ ਕਰਕੇ, ਮਜ਼ਹਬੀ ਨਫ਼ਰਤ ਫੈਲਾ ਕੇ, ਸਾਨੂੰ ਅੱਡ ਕਰਕੇ ਗੋਰਾ ਸਭ ਕੁਛ ਲੁੱਟ ਕੇ ਲੈ ਗਿਆ, ਸਾਰਾ ਕੁਛ ਵੇਚ ਵਟਾਂਦਰਾ ਕਰ ਗਿਆ ਪੰਜਾਬ ਦਾ, ਪੰਜਾਬ ਦੇ ਟੋਟੇ ਕਰ ਗਿਆ। ਵਰਨਾ ਇਹ ਕੱਚੇ ਦਰਾਂ ਦੇ ਵਿੱਚ ਲੱਗੇ ਹੋਏ ਲੱਕੜੀ ਦੇ ਬੂਹੇ ਅੱਜ ਜਿਨ੍ਹਾਂ ਦੀ ਮਾਲੀਅਤ ਜਿਹੜੀ ਹੈ ਲੱਖਾਂ ਰੁਪਿਆਂ ਦੇ ਵਿੱਚ ਹੈ, ਕਿਆ ਕੱਲ੍ਹ ਨੂੰ ਜਦੋਂ ਵਕਤ ਗੁਜ਼ਰਿਆ ਸੀ ਉਸ ਵੇਲੇ ਇਹ ਲੋਕ ਮਾੜੇ ਹੋਣਗੇ? ਕਿਆ ਇਹ ਘਰ ਦੇ ਵਾਸੀ ਜਿਹੜੇ ਸਨ ਉਹ ਸਿਰ ਕੱਢਵੇਂ ਨਾ ਹੁੰਦੇ ਹੋਣਗੇ? ਇਹ ਉਹ ਧਰਤੀ ਹੈ ਜਿਹਨੇ 10 ਸਾਲ ਵਾਸਤੇ ਇੰਡੀਅਨ ਸਰਕਾਰ ਨੂੰ ਪ੍ਰਾਈਮ ਮਿਨਿਸਟਰ ਦਿੱਤਾ, ਡਾਕਟਰ ਸਰਦਾਰ ਮਨਮੋਹਨ ਸਿੰਘ ਦੇ ਗਵਾਂਢੀ ਘਰ ਦੇ ਵਿੱਚ ਖਲੋਤਾ ਹੋਇਆ। ਉਹੀ ਝੱਜਰੀ, ਉਹੀ ਤੌੜੀ, ਉਹੀ ਪਿਆਲਾ, ਅਤੇ ਉਹੀ ਕਹਿ ਲਵੋ ਤੁਸੀਂ ਕਿ ਪਈ ਹੋਈ ਹੈ ਔਰ ਨਹੀਂ ਹੈ, ਅਤੇ ਇਹਦੇ ਨਾਲ ਪਿਆਰ ਕਰਨ ਵਾਲੇ ਲੋਕ ਬਾਕੀ ਨਹੀਂ ਬਚੇ, ਮੁਹੱਬਤ ਕਰਨ ਵਾਲੇ ਲੋਕ ਜਿਹੜੇ ਨੇ ਉਹ ਨਹੀਂ ਬਚੇ। ਇਹ ਬੱਤੀ ਦੇਖ ਕੇ ਕੁਛ ਤਾਂ ਯਾਦ ਆਉਂਦਾ ਹੋਏਗਾ, ਇਹ ਫੁਲਕਾਰੀਆਂ ਦੇਖ ਕੇ। ਮੇਰੀ ਚੈਨਲ ਨੂੰ ਰਿਕੁਐਸਟ ਹੈ ਕਿ ਕਿਸੇ ਤਰੀਕੇ ਨਾਲ ਇਹ ਵੀਡੀਓ ਜਿਹੜੀ ਹੈ ਡਾਕਟਰ ਸਰਦਾਰ ਮਨਮੋਹਨ ਸਿੰਘ ਤੱਕ ਵੀ ਪਹੁੰਚਾਈ ਜਾਵੇ ਔਰ ਉਹਨਾਂ ਨੂੰ ਵਿਖਾਈ ਜਾਵੇ ਕਿ ਉਹਨਾਂ ਦੀ ਆਖਰੀ ਇੱਛਾ ਸੀ ਕਿ ਮੈਂ ਆਪਣਾ ਘਰ ਦੇਖਾਂ, ਮੈਂ ਆਪਣੀ ਮਿੱਟੀ ਦੇਖਾਂ। ਇਹ ਉਹਨਾਂ ਦੇ ਪੁਰਖਾਣੀ ਮਿੱਟੀ ਹੈ, ਉਹੀ ਧਰਤੀ ਹੈ, ਉਹੀ ਲੱਕੜ ਹੈ, ਉਹੀ ਸਾਰਾ ਕੁਛ ਹੈ, ਨਹੀਂ ਹੈ ਅਤੇ ਇੱਥੇ ਦੇ ਵਸਨੇਕ ਬਾਕੀ ਨਹੀਂ ਰਹੇ। ਅੱਗੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਇਸ ਬੂਹੇ ਦੇ ਉੱਤੇ ਤੁਸੀਂ ਸਿਰਫ ਚਿੱਤਰਕਾਰੀ ਦੇਖੋ, ਥੱਲੋਂ ਲੈ ਕੇ ਉੱਤਰ ਤੱਕ ਉੱਤੇ ਤੱਕ ਕਿੰਨੀ ਸੋਹਣੀ ਲੱਕੜ ਦੀ ਕਢਾਈ ਕੀਤੀ ਗਈ ਹੈ। ਉਹ ਕਲਾ ਕਿੱਥੇ ਗਈ? ਉਹ ਕਲਾਕਾਰ ਕਿੱਥੇ ਗਏ? ਉਹ ਲੋਕ ਕਿੱਥੇ ਗਏ ਜਿਹੜੇ ਇਸ ਕਲਾ ਨਾਲ ਪਿਆਰ ਕਰਦੇ ਸਨ? ਉਸ ਤੋਂ ਬਾਅਦ ਤੁਸੀਂ ਇੱਧਰ ਵੀ ਦੇਖੋ, ਬਹੁਤ ਹੀ ਸੋਹਣੇ ਸੋਹਣੇ ਫੁਲਕਾਰੀਆਂ ਲੱਕੜ ਦੇ ਵਿੱਚ ਕੀਤੀਆਂ ਹੋਈਆਂ, ਵਾਈਟ ਟੀਕ ਵੁੱਡ ਔਰ ਬਲੈਕ ਟੀਕ ਵੁੱਡ ਦੇ ਵਿੱਚ ਉਹ ਸਾਰਾ ਕੁਛ ਜਿਹੜਾ ਸੀ। ਫਿਰ ਉਹ ਇਸ ਤੋਂ ਇਲਾਵਾ ਘਰਦਿਆਂ ਨੇ ਇੰਨਾ ਕੁਛ ਸਾਂਭ ਕੇ ਰੱਖਿਆ, ਪ੍ਰੀ ਪਾਰਟੀਸ਼ਨ, ਪਾਈਆ, ਅੱਧ ਪਾਈਆ, ਸੇਰ, ਅੱਧ ਸੇਰ, ਛਾਨਣਾ, ਛਾਨਣੀ, ਉਹ ਬੀਬੀ ਜੀ ਦਾ ਚਰਖਾ ਮੈਂ ਪਹਿਲੇ ਵੀ ਦਿਖਾਇਆ ਸੀ ਕਿ ਇਹਨਾਂ ਦੀ ਦਾਦੀ ਦਾ ਚਰਖਾ। ਇਸ ਘਰ ਦੇ ਵਿੱਚ, ਇਸ ਕਮਰੇ ਦੇ ਅੰਦਰ ਤੁਹਾਨੂੰ ਲੋਹੇ ਦਾ ਸੰਦੂਕ ਨਹੀਂ ਮਿਲੇਗਾ, ਸਾਰੇ ਲੱਕੜ ਦੇ ਸੰਦੂਕ ਨੇ। ਤੁਸੀਂ ਦੇਖ ਸਕਦੇ ਹੋ, ਇੱਕ ਵੀ, ਦੋ ਵੀ, ਤਿੰਨ ਵੀ, ਇਹ ਸਾਰੀ ਜਿਹੜੀ ਢਾਰੀ ਹੈ ਵੀ ਲੱਕੜ ਦੀ ਹੈ, ਉਹ ਬੋਕਸ ਜਿਹੜਾ ਉਹ ਵੀ ਲੱਕੜ ਦਾ, ਉਸ ਤੋਂ ਥੱਲੇ ਵਾਲਾ ਵੱਡੀ ਪੇਟੀ, ਇਹ ਬੇਟੀ, ਇਹ ਬੇਟੀ, ਹਰ ਸ਼ੈ ਜਿਹੜੀ ਹੈ ਉਹ ਤੁਹਾਨੂੰ ਲੱਕੜ ਦੀ ਹੀ ਮਿਲਦੀ ਹੈ। ਅੱਗੇ ਤੁਸੀਂ ਚੱਲੋ, ਉਹ ਵੇਖੋ ਤੁਸੀਂ ਟੋਕਰਾ ਦੇਖੋ ਕਿੱਡਾ ਸੋਹਣਾ,
ਰੱਖਿਆ ਹੋਇਆ। ਅਗਰ ਤੁਸੀਂ ਉੱਤੇ ਛੱਤ 'ਤੇ ਦੇਖੋ ਤੁਸੀਂ ਕੈਸੇ ਫੁੱਲ ਬੂਟੇ ਕੱਢੇ ਹੋਏ ਨੇ ਕਿ ਜਿਹੜੇ ਕਿ ਇੱਕ ਕਲਾ ਦਾ ਨਮੂਨਾ ਹੈ। ਅੱਜ ਵੀ ਪੁਰਾਣੇ ਦੌਰ ਦੀਆਂ ਪੁਰਾਣੀਆਂ ਬਣੀਆਂ ਹੋਈਆਂ ਬਾਰੀਆਂ ਜਿਹੜੀਆਂ ਨੇ ਤੁਸੀਂ ਦੇਖੋ, ਜੰਦਰੀ ਲੱਗੀ ਹੋਈ ਹੈ, ਇਹ ਗੁਟਕੇ ਲੱਗੇ ਹੋਏ ਨੇ ਇਹਦੇ ਵਿੱਚ, ਸੀਨੀਆਂ ਪਈਆਂ ਹੋਈਆਂ, ਥਾਲ ਪਏ ਹੋਏ ਵੱਡੇ ਪੁਰਾਣੇ। ਅੱਗੇ ਆਓ, ਤੁਹਾਨੂੰ ਹੋਰ ਬੜੀਆਂ ਪੁਰਾਤਨ ਚੀਜ਼ਾਂ ਜਿਹੜੀਆਂ ਨੇ ਇਸ ਘਰ 'ਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਇਹ ਦੇਖੋ ਤੁਸੀਂ, ਕਿਸੇ ਬਾਲ ਦਾ ਲੱਕੜੀ ਦਾ ਪੰਘੂੜਾ, ਹੈਂਜੀ, ਇਹ ਲੱਕੜੀ ਦਾ ਪੰਘੂੜਾ, ਇਹ ਡਰੰਮੀ, ਉਹ ਘੋੜੇ ਦੀ ਕਾਠੀ, ਇਹ ਪਿੱਛੇ ਦੇਖੋ ਤੁਸੀਂ ਛੱਜ ਪਿਆ ਹੋਇਆ, ਠੀਕ ਹੈ ਜੀ। ਛੱਜ ਤੋਂ ਬਾਅਦ ਹੈ ਤੁਸੀਂ ਦੇਖੋ ਇੱਕ ਹੋਰ ਜਿਹੜਾ ਛੱਜ ਆਪਣਾ ਚਰਖਾ ਪਿਆ ਹੋਇਆ, ਚਾਟੀਆਂ ਪਈਆਂ ਹੋਈਆਂ ਨੇ, ਤੌੜੀਆਂ ਪਈਆਂ ਹੋਈਆਂ ਨੇ, ਉਸ ਤੋਂ ਬਾਅਦ ਵੱਡੇ ਵੱਡੇ ਹੋਰ ਬਰਤਨ ਪਏ ਹੋਏ ਨੇ। ਇੱਕ ਦੇਖੋ ਉਹ ਪਈ ਹੋਈ ਹੈ ਟੁੱਟੀ ਹੋਈ, ਲਾਲਟੈਨ ਪਈ ਹੈ, ਠੀਕ ਹੈ। ਉਸ ਤੋਂ ਬਾਅਦ ਇੱਧਰ ਪਿੱਛੇ ਤੁਸੀਂ ਅਗਰ ਦੇਖੋ ਤੁਹਾਨੂੰ ਲੋਹ ਮਿਲਦੀ ਹੈ, ਰੋਟੀਆਂ ਪਕਾਉਣ ਵਾਲੀ ਵੱਡੀ ਲੋਹ, ਛੋਟਾ ਤਵਾ, ਵੱਡਾ ਤਵਾ। ਉੱਤੇ ਤੁਸੀਂ ਛੱਤ ਦੇਖੋ, ਤੁਸੀਂ ਆਲੂ ਪਿਆਜ਼ ਸਬਜ਼ੀ ਪਾਉਣ ਲਈ ਤੁਹਾਨੂੰ ਦੇਖੋ ਕਿੰਨੇ ਸੋਹਣੇ ਟੋਕਰੇ ਜਿਹੜੇ ਨੇ ਉਹ ਪਏ ਹੋਏ ਨੇ। ਭਾਈ ਸਾਹਿਬ ਨੇ ਸਾਡੇ ਵਾਸਤੇ ਲੱਸੀ ਵੀ ਮੰਗਾਈ ਹੈ। ਮੈਂ ਉਹਨਾਂ ਪੁੱਛਿਆ ਕਿ ਅਸੀਂ ਤੁਹਾਡੀ ਕੀ ਸੇਵਾ ਕਰੀਏ, ਅਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਭਾਈ ਸਾਹਿਬ ਲੱਸੀ ਮਿਲ ਸਕਦੀ ਹੈ? ਅਤੇ ਬੜਾ ਮੁਸਕਰਾ ਕੇ ਉਹਨਾਂ ਨੇ ਮੈਨੂੰ ਪੰਜਾਬੀ ਉਹੀ ਗਲਾਸ, ਪੁਰਾਣੇ ਜਿਹੜੇ ਪੰਜਾਬੀ ਗਲਾਸ ਨੇ ਨਾ, ਉਹੀ ਉਹਨਾਂ ਨੇ ਦਿੱਤੇ ਨੇ, ਪਿੱਤਲ ਦੇ ਗਲਾਸ ਜਿਹੜੇ ਨੇ ਉਹਨਾਂ ਦੇ ਵਿੱਚ ਲੱਸੀ ਪਾ ਕੇ ਅਤੇ ਸਾਨੂੰ ਜਿਹੜੀ ਹੈ ਉਹ ਦੇ ਰਹੇ ਨੇ। ਇਹ ਤੁਸੀਂ ਦੇਖੋ, ਵਾਹ ਜੀ ਵਾਹ, ਇਹ ਦੇਖ ਲਓ ਪੁਰਾਤਨ ਥਾਲ, ਪੁਰਾਤਨ ਗਲਾਸ, ਔਰ ਪਲਾ ਉਹੀ ਸਾਡਾ ਕਲਚਰ ਹੈ ਜਿਹੜਾ ਕਿ ਗੁਆਚ ਗਿਆ। ਕਾਸ਼ ਕਾਸ਼ ਵੇਲਾ ਰੁਕ ਸਕੇ, ਕਾਸ਼ ਕਿ ਇਹ ਗੁਜ਼ਰਿਆ ਹੋਇਆ ਵਕਤ ਜਿਹੜਾ ਹੈ ਵਾਪਸ ਆ ਸਕੇ, ਆਪਣਾ ਪਿਆਰ ਮੁਹੱਬਤ ਅਮਨ ਭਾਈਚਾਰਾ ਜਿਹੜਾ ਉਹ ਵਾਪਸ ਮੁੜ ਸਕੇ। ਵਾਹ, ਮਿੱਟੀ ਦੇ ਭਾਂਡੇ ਦੇ ਵਿੱਚ ਬਣੀ ਹੋਈ ਲੱਸੀ, ਸਾਰਾ ਦਿਨ ਦਾ ਕੜਿਆ ਹੋਇਆ ਦੁੱਧ, ਉਹਦਾ ਇੱਕ ਆਪਣਾ ਹੀ ਸਵਾਦ ਹੈ। ਦੇਖੋ ਭਾਈ ਸਾਹਿਬ ਨੇ ਕਿੰਨਾ ਸੋਹਣਾ ਥਾਲ, ਔਰ ਉਹੀ ਜਿਹੜੇ ਲੱਸੀ ਵਾਲੇ ਅਸਲ ਗਲਾਸ ਸਨ, ਸਾਨੂੰ ਉਹਨਾਂ ਦੇ ਵਿੱਚ ਹੀ ਲੱਸੀ ਪੇਸ਼ ਕੀਤੀ। ਮੈਂ ਹੀ ਕਹਾਂਗਾ, ਪਲੀਜ਼ ਮਾਂ ਪਿਓ ਦਾ ਵਿਹੜਾ ਨਾ ਵੰਡੋ, ਮਾਂ ਪਿਓ ਦਾ ਘਰ ਨੂੰ ਨਾ ਵੰਡੋ, ਵੰਡੀਆਂ ਨਾ ਪਾਓ, ਕਿਤੇ ਨਾ ਕਿਤੇ ਆਪਣੇ ਪੁਰਖਾਂ ਦੀ ਜਿਹੜੀ ਹੈ ਯਾਦ ਹੈ ਉਹਨੂੰ ਸਾਂਭ ਕੇ ਰੱਖੋ, ਆਪਣੇ ਵੱਡਿਆਂ ਦਾ ਨਾਮ ਸਾਂਭ ਕੇ ਰੱਖੋ। ਤਾਂ ਹੀ ਤਾਂ ਸਾਡੀ ਆਈਡੈਂਟੀਫਿਕੇਸ਼ਨ ਬਣਦੀ ਹੈ, ਤਾਂ ਹੀ ਤਾਂ ਆਪਾਂ ਪੰਜਾਬੀ ਕਹਾਉਂਦੇ ਹਾਂ। ਅਤੇ ਜੇਕਰ ਆਪਾਂ ਲੜ ਕੇ ਅੱਡ ਹੋ ਕੇ ਘਰ ਹੀ ਵੰਡਣੇ ਨੇ ਤਾਂ ਫਿਰ ਗੱਲ ਉਹੀ ਆ ਜਾਣੀ ਹੈ, ਲੈ ਨਹੀਂ ਮਾਏ ਅਸੀਂ ਵਿਹੜਾ ਵੰਡਿਆ, ਅਤੇ ਆਪਾਂ ਵਿਹੜਾ ਨਹੀਂ ਵੰਡਣਾ, ਆਪਾਂ ਵਿਹੜਾ ਸਾਂਭ ਕੇ ਰੱਖਣਾ। ਭਾਈ ਸਾਹਿਬ ਦੇ ਅੱਗੇ ਵੀ ਅਸੀਂ ਰਿਕੁਐਸਟ ਕਰਕੇ ਗਏ ਸੀ ਕਿ ਭਾਈ ਜੀ ਤੁਸੀਂ ਜਿਹੜਾ ਇਸ ਘਰ ਕੀ ਤੋੜਿਓ ਨਾ, ਅਸਾਂ ਵਾਰ ਵਾਰ ਤੁਸਾਂ ਕਿ ਪਹਿਲੇ ਵੀ ਰਿਕੁਐਸਟ ਕਰਕੇ ਗਏ ਸੀ, ਅਤੇ ਕੀ ਵਜ੍ਹਾ ਹੋਈ ਕਿ ਤੁਸਾਂ ਕਿ ਦੂਸਰਾ ਪਾਠ ਜਿਹੜਾ ਉਹ? ਦਰਅਸਲ ਕੁਛ ਹਾਲਾਤ ਵਾਕਿਆਤ ਐਸੇ ਥੇ ਕਿ ਇਸਕੋ ਤਕਸੀਮ ਕਰਨਾ ਪੜ ਗਿਆ, ਤੋ ਵੀ ਜੈਸੇ ਜੈਸੇ ਉਹ ਜਦੀਦ ਦੌਰ ਆ ਰਿਹਾ ਉਸ ਹਿਸਾਬ ਸੇ ਹਮਨੇ ਮਾਡਰਨ ਘਰ ਬਣਾਇਆ। ਅਸਲ ਗੱਲ ਇਹ ਹੈ ਨਾ ਜੀ ਕਿ ਜਿਵੇਂ ਜਿਵੇਂ ਨਵਾਂ ਦੌਰ ਆ ਰਿਹਾ, ਪੁਰਾਣੇ ਦੌਰ ਦੀ ਹਰ ਚੀਜ਼ ਖਤਮ ਹੋਈ ਜਾ ਰਹੀ ਹੈ। ਅਸਾਂ ਜਿਹੜੀ ਹਰ ਚੀਜ਼ ਇੱਥੇ ਰੱਖੀਏ ਉਹ ਆਪਣੇ ਪੁਰਖਿਆਂ ਦੀ ਏ, ਆਪਣੇ ਬਾਪ ਦਾਦਾ ਦੀ ਹਰ ਚੀਜ਼ ਨੂੰ ਅਸੀਂ ਸੰਭਾਲ ਕੇ ਰੱਖੀਏ ਉਹਨਾਂ ਦੀ ਨਿਸ਼ਾਨੀ ਦੇ ਤੌਰ 'ਤੇ। ਅਤੇ ਬਾਕੀ ਗੱਲ ਇਹ ਕਿ ਜਿਵੇਂ ਜਿਵੇਂ ਨਵਾਂ ਦੌਰ ਆ ਰਿਹਾ ਪੁਰਾਣੀ ਚੀਜ਼ਾਂ ਖਤਮ ਹੋ ਰਹੀਆਂ ਨੇ, ਲੋਕ ਕੀ ਆਪਣੇ ਨਵੇਂ ਦੌਰ ਦੀ ਤਰਫ ਜਾ ਰਹੇ ਨੇ। ਜੀ ਜੀ ਬਿਲਕੁਲ, ਉਹ ਅਸਾਂ ਬਸ ਨਿਸ਼ਾਨੀ ਤੌਰ 'ਤੇ ਨਾ ਰੱਖੀਏ। ਇਹ ਨਿਸ਼ਾਨੀਆਂ ਸਾਡੇ ਬਾਪ ਦਾਦਾ ਦੀ ਨੇ ਜੀ, ਕਹਿੰਦੇ ਨੇ ਕਿ ਜਿਹਨੇ ਮਾਂ ਪਿਓ ਦੀਆਂ ਚੀਜ਼ਾਂ ਜਿਹੜੀਆਂ ਨੇ ਖਤਮ ਕਰ ਦਿੱਤੀਆਂ ਸਮਝ ਲਓ ਉਹਨੇ ਆਪਣੀ ਤਾਰੀਖ ਖਤਮ ਕਰ। ਜੀ ਬਿਲਕੁਲ ਐਸੀ ਹੈ ਜੀ, ਇਹ ਗੱਲ ਹੈ ਜੀ, ਅਸੀਂ ਵਾਸਤੇ ਸਾਂਭ ਕੇ ਰੱਖੀ ਹੋਈ ਹੈ ਜੀ। ਜੀ ਕੀ ਨਾਮ ਹੈ ਇਹਨਾਂ ਦਾ? ਮੁਹੰਮਦ ਇਤਖਾਰ ਜੀ। ਇਤਖਾਰ ਭਾਈ ਤੁਸੀਂ ਕੀ ਕਰਦੇ ਹੋ? ਹੈ ਜੀ ਜ਼ਿੰਮੇਵਾਰੀ ਦਾ ਖੜੇ ਹੋ ਉਹਨਾਂ ਦਾ ਜ਼ਿੰਮੇਵਾਰੀ ਕਰਦੇ ਹੋ? ਕੀ ਰਾਂਦੇ ਹੋ? ਕਣਕ, ਛੋਲੇ, ਸਰੋਂ, ਜਮਾਂ, ਇਹ
ਹੁਣ ਬੀਜਣਾ ਹੁਣ ਬੀਜਣੇ ਨੇ ਜੀ ਜਿਸ ਤੋਂ ਪਹਿਲਾਂ ਜਵਾਰ ਬਾਜਰਾ ਉਹ ਸਾਰਾ ਮੂੰਗਫਲੀ ਬੀਜੀ ਹੈ ਮੈਂ ਤੁਹਾਡੇ ਸਾਹਮਣੇ ਬਿਲਕੁਲ ਨਿੱਕਾ ਜਿਹਾ ਲੱਗਣਾ ਜੀ ਅਤੇ ਬਾਕੀ ਤੁਸੀਂ ਜ਼ਿੰਮੇਦਾਰੀ ਕਰਦੇ ਹੋ ਕਿਤਨੀ ਜ਼ਮੀਨ ਹੈ ਜੀ ਆਪਣੀ ਜ਼ਮੀਨ ਉਹ ਸੀ ਤਕਰੀਬਨ 40-50 ਕੀ ਹੋ ਸੀ ਇੰਨਾ ਜ਼ਰ 40-50 ਏਕੜ ਏਕੜ ਹਾਂਜੀ ਹਾਲੇ ਤੁਸੀਂ ਛੋਟੇ ਜ਼ਿੰਮੇਦਾਰ ਹੋ ਹਾਂਜੀ ਅੱਛਾ 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 ਚਲੋ ਚਲੋ ਅਤੇ ਡੰਗਰ ਬੱਚਾ ਕਿਤਨਾ ਕੁ ਰੱਖਾ ਬੰਨਾ ਡੰਗਰ ਬੱਚਾ ਹੈ ਇੱਕ ਮੱਝ ਹੈ ਦੋ ਗਾਂ ਨੂੰ ਇੱਕ ਦੋ ਵੈੜੀ ਨੂੰ ਅਤੇ ਕੱਟੀ ਹੈ ਅੱਛਾ ਜੀ ਕਿੱਥੇ ਰੱਖਿਆ ਉਹ ਪਰੀ ਹਵੇਲੀ ਹੈ ਉੱਧਰ ਹਵੇਲੀ ਬਣਾਈ ਵੀ ਜੀ ਗ੍ਰਹਿਣ ਬਾਹਰ ਜਾਂ ਗ੍ਰਹਿਣ ਵਿੱਚ ਨਹੀਂ ਨਹੀਂ ਵਿੱਚ ਹੈ ਪਰੀ ਸਾਈਡ ਤੇ ਅੱਛਾ 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 ਜੀ ਅਤੇ ਬੜਾ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਵੀ ਔਰ ਤੁਹਾਡਾ ਘਰ ਦੇਖ ਕੇ ਜੀ ਜੀ ਬੜੀ ਖੁਸ਼ੀ ਹੋਈ ਹੈ ਅਤੇ ਇਹ ਵੜਕਿਆਂ ਦੀ ਨਿਸ਼ਾਨੀਆਂ ਜ਼ਰਾ ਸਾਂਭ ਕੇ ਰੱਖਿਓ ਜੀ ਨਹੀਂ ਇਨਸ਼ਾ ਅੱਲਾ ਜੀ ਅੱਲਾ ਦੇ ਹੁਕਮਾਂ ਨਾਲ ਸਾਂਭ ਕੇ ਹੀ ਰੱਖਸਾਂ ਇਹ ਤਾਂ ਸੋਹਣਾ ਰੱਬ ਹੈ ਜੋ ਝਾਗਣਾ ਤੈਨੂੰ ਤਾਂ ਸਮੀ ਆਉਂਦਾ ਚਲੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਵੈਬ ਟੀ ਵੀ ਸਾਡੇ ਵਾਲਾ ਅਸੀਂ ਅੱਜ ਪਹੁੰਚੇ ਹੋਏ ਹਾਂ ਪਿੰਡ ਗਹਿ ਦੇ ਵਿੱਚ ਸਰਦਾਰ ਡਾਕਟਰ ਮਨਮੋਹਨ ਸਿੰਘ ਜੀ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਾਉਣ ਵਾਸਤੇ ਅਤੇ ਥੋੜ੍ਹਾ ਜਿਹਾ ਪਿੱਛੇ ਹੋ ਕੇ ਜ਼ਰਾ ਦਰਵਾਜ਼ਾ ਇੱਕ ਵਾਰੀ ਫਿਰ ਦਿਖਾ ਦਿਓ ਇਸ ਘਰ ਦੇ ਵਿੱਚ ਜਿੱਥੇ ਸਿੱਖ ਲੋਤੇ ਹਾਂ ਬਾਈ ਜੀ ਆਓ ਤੁਸੀਂ ਵੀ ਜ਼ਰਾ ਅੱਗੇ ਦੱਸੀਏ ਕਿ ਬੰਦਾ ਵੀ ਇਹਨਾਂ ਵਿੱਚੋਂ ਲੰਘ ਸਕਦੇ ਹਾਂ ਇਤਨੇ ਵੱਡੇ ਬੰਦਿਆਂ ਨੇ ਕਾਹਦਾਨਾ ਤਾਂ ਹੈ ਅਤੇ ਦਰਵਾਜ਼ੇ ਜਿਹੜੇ ਨੇ ਲੋਕੇ ਲੋਕੇ ਲੱਗਣੇ ਨੇ ਹੈ ਅਤੇ ਬੜਾ ਬਹੁਤ ਅੱਛਾ ਲੱਗ ਰਿਹਾ ਬਹੁਤ ਹੀ ਵਧੀਆ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਚਕਵਾਲ ਦੇ ਲੋਕਾਂ ਦੀ ਹਮੇਸ਼ਾ ਮੈਂ ਗੱਲ ਕਰਨਾ ਵਾਂ ਬਹੁਤ ਪਿਆਰੇ ਬਹੁਤ ਸਿੱਧੇ ਸਾਦੇ ਔਰ ਨਹਾਇਤ ਹੀ ਮਹਿਮਾਨ ਨਵਾਜ਼ ਮੈਂ ਜਿੰਨੀ ਵਾਰੀ ਆਇਆ ਵਾਂ ਰਾਵਲਪਿੰਡੀ ਤੋਂ ਡਿਸਟ੍ਰਿਕਟ ਰਾਵਲਪਿੰਡੀ ਦੇ ਉਂਝ ਤਾਂ ਪਿੰਡ ਜਿੰਨੇ ਵੀ ਪਿੰਡ ਨੇ ਸਾਡੇ ਬਹੁਤ ਹੀ ਵਧੀਆ ਨੇ ਉੱਥੇ ਦੇ ਲੋਕ ਬਹੁਤ ਅੱਛੇ ਨੇ ਪਰ ਮੈਨੂੰ ਧਮੀ ਦੀ ਲੈਣ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੈਨੂੰ ਨਹੀਂ ਪਤਾ ਕਿ ਮੇਰਾ ਕਿਹੜੇ ਜਨਮਾਂ ਦਾ ਇਹਨਾਂ ਨਾਲ ਰਿਸ਼ਤਾ ਹੈ ਇਸ ਮਿੱਟੀ ਦੇ ਨਾਲ ਪਲਿਆ ਮੈਂ ਲਾਹੌਰ ਦੇ ਵਿੱਚ ਜੋਬ ਮੈਂ ਇਸਲਾਮਾਬਾਦ 'ਚ ਕਰਨਾ ਲੇਕਿਨ ਮੈਨੂੰ ਮੁਹੱਬਤ ਜਿਹੜੀ ਹੈ ਉਹ ਚਕਵਾਲ ਦੀ ਲੈਣ ਨਾਲ ਹੈ ਪਤਾ ਨਹੀਂ ਕਿਉਂ ਚਕਵਾਲ ਦੀ ਜਿਹੜੀ ਲੈਂਡ ਹੈ ਚਕਵਾਲ ਜਿਹੜਾ ਉਹਦੀ ਮਿੱਟੀ ਮੈਨੂੰ ਖਿੱਚ ਕਿਉਂ ਮਾਰਦੀ ਹੈ ਮੈਨੂੰ ਅੱਜ ਤੱਕ ਨਹੀਂ ਪਤਾ ਰੱਬ ਰੱਖਾ ਆਲ ਰਾਈਟਸ ਆਰ ਰਿਜ਼ਰਵ ਬਾਏ ਰੇਡੀਓ ਸਾਡੇ ਵਾਲਾ ਐਂਡ ਵੈਬ ਟੀ ਵੀ ਸਾਡੇ ਵਾਲਾ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਐਂਡ ਸ਼ੇਅਰ ਵਿਦ ਦੇਅਰ ਓਨ ਨੇਮ ਇਫ ਯੂ ਵਾਨਾ ਸ਼ੇਅਰ ਇਫ ਯੂ ਵਾਨਾ ਸ਼ੇਅਰ ਅਵਰ ਵੀਡੀਓ ਦੈਨ ਯੂ ਯੂਜ਼ ਅਵਰ ਰੀਅਲ ਲਿੰਕ ਸੋ ਪਲੀਜ਼ ਆਈ ਐਮ ਇਨਫੋਰਮਿੰਗ ਬਿਫੋਰ ਟੂ ਡਾਊਨਲੋਡ ਸੋ ਆਲ ਰਾਈਟਸ ਆਰ ਰਿਜ਼ਰਵ ਬਾਏ ਰੇਡੀਓ ਸਾਡੇ ਵਾਲਾ ਐਂਡ ਸ਼ਾਹਿਦ ਸ਼ਬੀਰ ਆਫੀਸ਼ੀਅਲ ਰੱਬ ਰਾਖਾ ਜੀ ਅਸੀਂ ਦੁਆ ਕਰਦੇ ਹਾਂ ਕਿ ਡਾਕਟਰ ਸਰਦਾਰ ਮਨਮੋਹਨ ਸਿੰਘ ਜੀ ਨੂੰ ਰੱਬ ਸੋਹਣਾ ਸਿਹਤ ਦੇਵੇ ਤੰਦਰੁਸਤੀਆਂ ਦੇਵੇ ਔਰ ਇਹ ਅਫਵਾਹਾਂ ਹੀ ਰਹਿਣ ਕਿ ਉਹ ਦੁਨੀਆਂ ਤੋਂ ਚਲੇ ਗਏ ਨੇ ਰੱਬ ਰਾਖਾ